ਕੈਸਾ ਲੱਗ ਰਿਹਾ ਸੂਟ? ਸੋਹਣਾ ਲੱਗ ਰਿਹਾ ਨਾ? ਇਹ ਸੂਟ ਪਰਮਿੰਦਰ ਸਿੰਘ ਪੱਪੀ ਹੋਰਾਂ ਨੇ ਖੁਦ ਤਿਆਰ ਕੀਤਾ ਆਪਣੇ ਪਰਸਨਲ ਦਿਮਾਗ ਦੇ ਨਾਲ। ਇਹ ਸੂਟ ਨੂੰ ਤਿਆਰ ਕਰਨ ਲਈ ਮੈਂ ਲੇਡੀਜ਼ ਦੀਆਂ ਦੋ ਮੁੱਖ ਕਮਜ਼ੋਰੀਆਂ ਨੂੰ ਧਿਆਨ ਵਿੱਚ ਰੱਖਿਆ। ਤੁਹਾਨੂੰ ਪਤਾ ਲੇਡੀਜ਼ ਦੀਆਂ ਕਿਹੜੀਆਂ ਕਮਜ਼ੋਰੀਆਂ ਹੁੰਦੀਆਂ ਨੇ? ਇੱਕ ਤਾਂ ਰੇਟ ਘੱਟ ਕਰਾਉਣਾ ਤੇ ਦੂਸਰਾ ਤਾਰੀਫ ਵੱਧ ਕਰਾਉਣਾ। ਇਸ ਦੇ ਵਿੱਚ ਦੋਨੋਂ ਖਾਸੀਅਤ ਨੇ। ਇਸ ਦਾ ਰੇਟ ਵੀ ਘੱਟ ਹੈ ਤੇ ਇਸ ਦੀ ਤਾਰੀਫ ਵੀ ਵੱਧ ਹੋਏਗੀ। ਮੋਰਓਵਰ ਤੁਹਾਨੂੰ ਪਤਾ ਲੇਡੀਜ਼ ਸੂਟ ਤਾਂ ਰਿਪੀਟ ਬਹੁਤ ਘੱਟ ਕਰਦੀਆਂ ਨੇ। ਮੈਨੂੰ ਯਾਦ ਆ ਸਾਡੇ ਗੁਆਂਢ ਦੇ ਵਿੱਚ ਇੱਕ ਬਜ਼ੁਰਗ ਦੇ ਭੋਗ 'ਤੇ ਇੱਕ ਲੇਡੀ ਸਿਰਫ ਇਸ ਕਰਕੇ ਭੋਗ 'ਤੇ ਨਹੀਂ ਗਈ ਕਿ ਉਹਦੇ ਕੋਲ ਚਿੱਟਾ ਸੂਟ ਨਹੀਂ ਸੀ। ਉਹਦਾ ਘਰਵਾਲਾ ਕਹਿੰਦਾ, ਤੇਰੇ ਕੋਲ ਚਿੱਟਾ ਸੂਟ ਤਾਂ ਹੈ, ਤੂੰ ਪਾ ਕੇ ਜਾਂਦੀ ਕਿਉਂ ਨਹੀਂ? ਕਹਿੰਦੀ, ਜੀ ਮੈਨੂੰ ਪਤਾ ਮੇਰੇ ਕੋਲ ਚਿੱਟਾ ਸੂਟ ਹੈ, ਪਰ ਉਹ ਮੈਂ ਤੁਹਾਡੀ ਬੀਜੀ ਦੇ ਭੋਗ 'ਤੇ ਪਾਇਆ ਹੋਇਆ ਸੀ। ਅਤੇ ਜੇ ਉਹੀ ਸੂਟ ਮੈਂ ਪਾ ਕੇ ਚਲੀ ਗਈ, ਲੋਕ ਕਹਿਣਗੇ ਸੇਮ ਸੂਟ, ਇਹਨੂੰ ਤਾਂ ਮਰਗ ਦਾ ਚਾਅ ਕੋਈ ਨਹੀਂ। ਸੋ ਇਸ ਕਰਕੇ ਅਸੀਂ ਮਰਗ ਦੇ ਸਪੈਸ਼ਲ ਓਕੇਜ਼ਨ 'ਤੇ ਹਲਕੇ ਮਟੀਰੀਅਲ ਦਾ ਸਸਤਾ ਸੂਟ ਤਿਆਰ ਕੀਤਾ, ਯੂਜ਼ ਐਂਡ ਥਰੋ। ਸੋ ਇਸ ਦੇ ਨਾਲ ਸਾਡਾ ਇਹ ਬ੍ਰਾਂਡ ਵੀ ਪਾਪੂਲਰ ਹੋ ਜੂਗਾ। ਤੁਹਾਡੀ ਜਾਣਕਾਰੀ ਲਈ ਦੱਸਦਿਆਂ ਕਿ ਇਸ ਤਰ੍ਹਾਂ ਦੇ 4 ਹੋਰ ਵੱਡੇ ਸ਼ੋਰੂਮ ਅਸੀਂ ਹਿੰਦੁਸਤਾਨ ਦੇ ਬੜੇ ਬੜੇ ਸ਼ਹਿਰਾਂ 'ਚ ਖੋਲ੍ਹ ਰਹੇ ਹਾਂ, ਔਰ ਇੱਕ ਸ਼ੋਰੂਮ ਅਸੀਂ ਦੁਬਈ ਦੇ ਵਿੱਚ ਵੀ ਖੋਲ੍ਹ ਰਹੇ ਹਾਂ। ਉੱਥੇ ਅਸੀਂ ਆਪਣਾ ਸਾਰਾ ਰਿਜੈਕਟਡ ਮਾਲ ਭੇਜਿਆ ਕਰਾਂਗੇ। ਲੋਕ ਤਾਂ ਜੀ ਵਧੀਆ ਮਾਲ ਭੇਜਦੇ ਆ, ਆਪਾਂ ਰਿਜੈਕਟਡ ਕਿਉਂ? ਵਧੀਆ ਮਾਲ ਭੇਜ ਕੇ ਕੀ ਕੰਮ ਆਉਣਾ? ਉੱਥੇ ਵੀ ਤਾਂ ਲੋਕਾਂ ਨੇ ਬੁਰਕੇ ਥੱਲੇ ਪਾਉਣਾ। ਐਕਚੁਅਲੀ ਭਾਈ ਸਾਹਿਬ, ਕਸਟਮਰ ਵੀ ਉੱਥੇ ਹੀ ਆਉਂਦਾ ਜਿਹੜੀ ਦੁਕਾਨ ਦਾ ਰੈਪੂਟੇਸ਼ਨ ਅੱਛਾ ਹੋਵੇ। ਤੇ ਸਾਡਾ ਰੈਪੂਟੇਸ਼ਨ ਔਰ ਸਾਡੀ ਰਿਸਪੈਕਟ ਮਾਰਕੀਟ 'ਚ ਕਿੰਨੀ ਹੈ ਇਹਦੇ ਬਾਰੇ ਤੁਸੀਂ ਬਾਖੂਬੀ ਜਾਣੋ। ਪਰਮਿੰਦਰ ਜੀ, ਤੁਹਾਨੂੰ ਐਸ ਐਚ ਓ ਸਾਹਿਬ ਨੇ ਥਾਣੇ ਬੁਲਾਇਆ। ਅੱਜ ਕੀ ਨਵਾਂ ਪੰਗਾ ਪਾਤਾ ਪਤੰਦਰਾਂ ਨੇ? ਤੁਸੀਂ ਚਲੋ, ਮੈਂ ਆਉਣਾ। ਨਹੀਂ ਜੀ, ਉਹਨਾਂ ਦਾ ਹੁਕਮ ਹੈ ਕਿ ਤੁਹਾਨੂੰ ਨਾਲ ਲੈ ਕੇ ਆਉਣਾ। ਬਾਲਾ ਹੀ ਤੇ ਉਹ ਕਰਦੇ ਆ ਐਸਐਚਓ ਸਾਹਿਬ, ਦੋ ਦਿਨ ਮਿਲਣਾ ਨਾ ਜਾਵਾਂ ਮਗਰੀ ਬੰਦੇ ਭੇਜ ਦਿੰਦੇ ਆ। ਮੈਂ ਕਿਹਾ ਨਾ ਮੈਂ ਆਉਣਾ, ਤੁਸੀਂ ਚਲੋ। ਤੁਹਾਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਆਉਂਦੀ? ਇਹਨੇ ਐ ਨਹੀਂ ਮੰਨਣਾ, ਚੱਕੋ ਇਹੋ ਜਿਹੇ ਪਿਆਰ ਦਾ ਕੀ ਫਾਇਦਾ, ਬੰਦੇ ਨੂੰ 4 ਬੰਦੇ ਜਿਹੜੇ ਪੀਸ ਕੇ ਲੈ ਜਵੇ। ਸਦਕੇ ਜਾਈਏ ਤੁਹਾਡੇ ਪਿਆਰ ਦੇ। ਮਾਫ ਕਰਨਾ ਪਰਮਿੰਦਰ ਜੀ, ਸਾਡਾ ਪਿਆਰ ਕਰਨ ਦਾ ਤਰੀਕਾ ਇਹੋ ਜਿਹਾ ਹੀ ਹੁੰਦਾ ਹੈ। ਸਤਿ ਸ੍ਰੀ ਅਕਾਲ ਡੈਡੂ, ਕਦੋਂ ਪਹੁੰਚੇ? ਓਏ ਤੁਸੀਂ ਪਰੇ ਮਰੋ, ਓਏ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲੈ ਰਹੇ ਨੇ ਮੇਰੇ ਕੋਲੋਂ। ਸਾਲੇ ਦੋ ਜੰਮੇ, ਦੋਏ ਨਿਕੰਮੇ। ਲੋਕੀ ਕਹਿੰਦੇ ਕਿਸਮਤ ਮਾੜੀ ਆ, ਕਿਸਮਤ ਦਾ ਕੀ ਦੋਸ਼, ਸਾਲੀ ਚਵਲ ਤਾਂ ਆਪ ਮਾਰੀ ਆ। ਡੈਡੂ ਯਾਰ, ਗੁੱਸਾ ਨਾ ਕਰਿਆ ਕਰੋ, ਤੁਹਾਡਾ ਗੁੱਸੇ ਵਾਲਾ ਮੂੰਹ ਦੇਖ ਕੇ ਨਾ ਹਾਸਾ ਨਿਕਲ ਜਾਂਦਾ ਸਾਡਾ। ਤੁਸੀਂ ਸਾਲੇ ਉਹ ਘਰੇ ਚੱਲੋ, ਦੇਖਦੇ ਜਾਓ ਅੱਜ ਥੋੜਾ ਕੀ ਨਿਕਲਦਾ। ਡੈਡੂ ਤੁਸੀਂ ਤਾਂ ਇੰਜ ਕਰੀ ਜਾਂਦੇ ਜਿਵੇਂ ਇਹੋ ਜਿਹਾ ਕੰਮ ਅਸੀਂ ਪਹਿਲੀ ਵਾਰੀ ਕੀਤਾ ਹੁੰਦਾ। ਨਾਲੇ ਆ ਕੋਈ ਤਰੀਕਾ, ਸ਼ਰੀਫ ਆਦਮੀ ਸਾਹਮਣੇ ਬੇਇੱਜ਼ਤੀ ਕਰੀ ਜਾਂਦੇ ਤੁਸੀਂ ਸਾਡੀ। ਸ਼ਰੀਫ ਆਦਮੀ ਕਿਹਨੂੰ ਕਿਹਾ ਹੋਏ? ਇਹਨਾਂ ਨੂੰ ਸਾਲੇ, ਹੁਣ ਪੁਲਿਸ ਨੂੰ ਵੀ ਚਿੱਚਣਾ। ਅੱਜ ਨਹੀਂ ਬਚਦੇ ਤੁਸੀਂ, ਅੱਜ ਨਹੀਂ ਬਚਦੇ। ਬਸ ਕਰੋ ਪਰਮਿੰਦਰ ਜੀ, ਤੁਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈ ਸਕਦੇ। ਤੁਸੀਂ ਹੱਥ ਦੀ ਗੱਲ ਕਰਦੇ ਹੋ, ਮੇਰਾ ਜੀ ਕਰਦਾ ਮੈਂ ਸਾਲਿਆਂ ਨੂੰ ਗੋਡਿਆਂ ਥੱਲੇ ਲੈ ਲਵਾਂ। ਕਾਨੂੰਨ ਨੂੰ ਸਾਲਿਆਂ ਤੁਹਾਨੂੰ? ਓ ਪਰਮਿੰਦਰ ਜੀ, ਤੁਸੀਂ ਅਮੀਰ ਲੋਕ ਵੀ ਨਾ ਪੈਸੇ ਕਮਾਉਣੇ ਤਾਂ ਸਿੱਖ ਲੈਂਦੇ ਹੋ, ਪਰ ਔਲਾਦ ਨੂੰ ਪਾਲਣਾ ਭੁੱਲ ਜਾਂਦੇ ਹੋ। ਬਿਲਕੁਲ ਠੀਕ ਹੈ ਹਵਾਲਦਾਰ ਸਾਹਿਬ। ਓਏ ਥਾਣੇਦਾਰ, ਓ ਇੱਕੋ ਗੱਲ ਹੈ ਅੰਕਲ ਜੀ। ਅੰਕਲ ਜੀ, ਅਸੀਂ ਬਚਪਨ 'ਚ ਆਪਣੇ ਪਿਓ ਨੂੰ ਕਦੇ ਘਰੇ ਵੜਦਿਆਂ ਨਹੀਂ ਵੇਖਿਆ। ਜਦੋਂ ਅਸੀਂ ਪਹਿਲੀ ਵਾਰ ਆਪਣੇ ਪਿਓ ਨੂੰ ਵੇਖਿਆ ਨਾ, ਉਹਨਾਂ ਦੀ ਹਲਕੀ ਹਲਕੀ ਚਿੱਟੀ ਦਾੜੀ ਸੀ, ਸਾਨੂੰ ਜਵਾਨ ਪਿਓ ਵੇਖਣ ਨੂੰ ਨਹੀਂ ਮਿਲਿਆ। ਇਹਨਾਂ ਨੇ ਕਰ ਹੋਣਾ ਨਾ ਜੀ, ਸਾਡਾ ਪਾਪਾ ਪਾਪਾ ਕਹਿਣ ਨੂੰ ਦਿਲ ਕਰਿਆ ਕਰਨਾ, ਅਸੀਂ ਤੇ ਫਿਰ ਨਾ ਸਕੂਲੇ ਹੌਲੀ ਜੀ ਚਪੜਾਸੀ ਨੂੰ ਹੀ ਪਾਪਾ ਕਹਿ ਕੇ ਭੱਜ ਜਾਂਦੇ ਹਾਂ ਜੀ। ਸਾਲੇ ਤੁਰ ਫਿਟੇ ਥੋੜੇ ਜੰਮਰ ਦੇ ਸਾਲੇ, ਉਹ ਇਹੀ ਇਲਜ਼ਾਮ ਤੁਹਾਡੀ ਮਾਂ ਮੇਰੇ ਤੇ ਲਾਉਂਦੀ ਮਰ ਗਈ। ਆਖਿਆ ਮੈਨੂੰ ਸੱਚਾ ਪਿਆਰ ਨਹੀਂ ਮਿਲਿਆ, ਉਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਤੈਨੂੰ ਸੱਚਾ ਪਿਆਰ ਨਹੀਂ ਮਿਲਿਆ, ਇਹ ਸਾਲੇ ਛਾਂਗੂ ਵਾਂਗੂ ਮੈਂ ਗੂਗਲ ਤੋਂ ਡਾਊਨਲੋਡ ਕੀਤੇ ਆ। ਸਾਲਾ ਪਰਮਿੰਦਰ ਜੀ, ਮੈਨੂੰ ਇਹ ਤਾਂ ਨਹੀਂ ਪਤਾ ਕਿ ਤੁਸੀਂ ਡਾਊਨਲੋਡ ਕੀਤੇ ਕਿ ਅਪਲੋਡ ਕੀਤੇ ਆ। ਜੇ ਜੰਮੇ ਆ ਤਾਂ ਪਾਲਣੇ ਵੀ ਪੈਣੇ ਆ। ਮੈਂ ਤੁਹਾਡੇ ਇੰਟਰਨੈਟ 'ਚ ਇੰਟਰਫੇਅਰ ਨਹੀਂ ਕਰਦਾ, ਤੁਸੀਂ ਆ ਕਾਗਜ਼ਾਂ ਤੇ ਸਾਈਨ ਕਰੋ। ਮੈਂ ਇਹਨਾਂ ਕਾਗਜ਼ਾਂ ਤੇ ਸਾਈਨ ਨਹੀਂ ਕਰਨੇ, ਜੇ ਕਰਾਉਣੇ ਆ ਕਿਸੇ ਬੇਦਖਲੀ ਵਾਲੇ ਕਾਗਜ਼ਾਂ ਤੇ ਕਰਾ ਲਓ। ਓਏ ਬੇਦਖਲੀ ਵਾਲੇ ਕਾਗਜ਼ਾਂ ਤੇ ਕੋਰਟ 'ਚ ਜਾ ਕੇ ਸਾਈਨ ਕਰਿਓ, ਪਹਿਲਾਂ ਇੱਧਰ ਆ ਕੇ ਸਾਈਨ ਕਰੋ। ਯਾਰ ਇਹ ਕੋਈ ਜ਼ਬਰਦਸਤੀ ਆ? ਓ ਡੈਡੂ ਜ਼ਬਰਦਸਤੀ ਕਾਹਦੀ, ਪਿਆਰ ਨਾਲ ਕਰਾਉਣ ਲੱਗੇ ਆ? ਮੇਰੇ ਨਾਲ ਕੋਈ ਜ਼ੋਰ ਅਜ਼ਮਾਇਸ਼ ਨਾ ਕਰੋ, ਨਾ ਧੱਕਾ ਮੁੱਕੀ ਕਰੋ। ਮੈਂ ਤੁਹਾਨੂੰ ਪਹਿਲਾਂ ਵੀ ਕਿੰਨੀ ਵਾਰੀ ਦੱਸਿਆ, ਮੈਨੂੰ ਚੁੱਕ ਦੀ ਬਿਮਾਰੀ ਆ। ਓ ਤਾਂ ਹੀ ਤਾਂ ਚੁੱਕ ਕੇ ਕਰਾਉਣ ਲੱਗੇ ਆ, ਚੱਕ ਦੇ। ਯਾਰ ਇਹ ਕੋਈ ਤਰੀਕਾ ਕੰਮ ਕਰਾਉਣ ਦਾ? ਥੈਂਕ ਯੂ ਡੈਡੂ, ਥੈਂਕ ਯੂ। ਸਾਲਿਆ ਤੇਰਾ ਥੈਂਕ ਯੂ ਵੀ ਮੈਨੂੰ ਜ਼ਹਿਰ ਵਰਗਾ ਲੱਗਦਾ। ਇਵਨ ਦੈਨ ਡੈਡੂ, ਆਈ ਲਵ ਯੂ। ਇਵਨ ਆਈ ਲਵ ਯੂ 2, 3, 4। ਓ ਜਾ ਦਫਾ ਹੋ ਇਥੋਂ। ਓਏ ਪਰਮਿੰਦਰ ਜੀ, ਇਹੋ ਜਿਹੇ ਬੱਚੇ ਲੱਭਣੇ ਜਿਹੜੇ ਗੱਲ ਗੱਲ ਤੇ ਆਈ ਲਵ ਯੂ ਥੈਂਕ ਯੂ ਕਰਨ ਹੈ। ਓ ਸ਼ੇਰ ਸਿੰਘ ਜੀ, ਤੁਹਾਨੂੰ ਨਹੀਂ ਪਤਾ, ਇਹ ਜਿੱਦਣ ਮੈਨੂੰ ਲਵ ਯੂ ਤੇ ਥੈਂਕ ਯੂ ਕਹਿੰਦੇ, ਸਾਲੇ ਉਦਣੇ ਮੈਨੂੰ ਥੁੱਕ ਲਾਉਂਦੇ ਆ। ਹਾਏ, ਉਹੀ ਗੱਲ ਹੋਈ, ਸਾਲਿਆਂ ਨੇ ਮੇਰਾ ਪਰਸ ਵੀ ਕੱਢ ਲਿਆ ਤੇ ਕਾਰ ਦੀਆਂ ਚਾਬੀਆਂ ਵੀ। ਖੱਜਲ ਹੋ ਕੇ ਪਹੁੰਚਿਆ ਘਰੇ, ਆਏ ਸਾਰਾ ਸਰੀਰ ਤੋੜਤਾ ਗੰਦੀਆਂ ਜਿਣਸਾਂ ਨੇ। ਆਏ ਓਏ, ਲੱਤਾਂ ਘੁੱਟ, ਲੱਤਾਂ ਦਾ ਸਾਹ ਨਾ ਘੁੱਟ। ਤੂੰ ਸਾਲਿਆ ਮੈਨੂੰ ਪੈਗ ਪਲਾ ਪਲਾ ਟੱਲੀ ਕਰਨ, ਚੱਲ ਦਫਾ ਇੱਥੋਂ। ਸਰਦਾਰ ਜੀ, ਤੁਸੀਂ ਤਾਂ ਮੈਨੂੰ ਐ ਘੂਰਦੇ ਹੋ ਜਿਵੇਂ ਮੈਂ ਤੁਹਾਡੀ ਲਾ ਦਊਗਾ ਜੀ। ਸਾਲਿਆ, ਜੇ ਤੂੰ ਮੇਰੀ ਔਲਾਦ ਹੁੰਦਾ, ਮੈਂ ਤੈਨੂੰ ਗੋਡਿਆਂ ਥੱਲੇ ਨਾ ਲਿਆ ਹੁੰਦਾ। ਗੋਡਿਆਂ ਥੱਲੇ ਨਾ ਲਿਆ ਹੁੰਦਾ? ਜੇ ਟਾਈਮ ਸਿਰ ਉਹਨਾਂ ਨੂੰ ਗੋਡਿਆਂ ਥੱਲੇ ਲਿਆ ਹੁੰਦਾ ਨਾ, ਤਾਂ ਹੁਣ ਨੂੰ ਅੱਜ ਕੱਲ ਆਹ ਹਾਲਾਤ ਨਹੀਂ ਹੋਣੇ ਸੀ। ਜਾ ਅੰਦਰ ਜਾ ਕੇ ਦੇਖ ਫ੍ਰਿਜ 'ਚ ਬਰਫ਼ ਜੰਮੀ ਆ ਕਿ ਨਹੀਂ। ਚੱਲਦੀ ਨਹੀਂ, ਮੈਂ ਮੇਰੇ ਤੇ ਮਾਰਦੇ ਰਹਿੰਦੇ। ਖੜਕਸਿਆਂ, ਯਾਰ ਤੂੰ
बचपन तो लैके अज तक मैं किसी चीज की कमी नहीं रहन दिती। जे साले ने स्कूटर मंगया मैं साइकिल ही लैके दिती। वेखदा की होर सत्त साल जहाज लैके दे दिंदा। कदे दरैत भाव नहीं रखी, इको जहा बिहेव करता रहा। कसूर एक दा हुंदा सी, चम दोनों नूं दिंदा सी। लोग अपने बच्चों पांच साल तक पोलियो दियां बूंदा पिलाउंदे ने। मैं छोटे नूं लगातार सत्त साल ते बड़े नूं ग्यारह साल पिलाईआं कि किते साले बिंगे टेढ़े ना रह जाण। दस मेरे कोलों कमी किहड़ी गल दी रही आ। तू ही दस यार, तू कलकत्ते तों घाटी तक कम ढोंदा रहा, तू दुनिया देखी आ? ओ दुनिया कहदी देखी है, मैं तो सारी उम्र जां सड़कां देखियां ने जां सफेदे। एक वारी मेरा ट्रक पलट गया, लोगों ने मैनू बाद चक्या पहला बच के। यही तो सारी दुनिया है। ये फिर भी तू मैनू माण बख्शा, मैं तेन राय दे ही दिना। मुंडे तेरे ता बिगड़े ने, उन्होंने मां का प्यार नहीं मिलया। तो हूँ मैं जनानी का प्यार नहीं मिलया, मैं बिगड़े। सतारा साल हो गए जनानी नू कहते टंगी नू, फोटो ना गल कर कर टाइम कढ़िया। तू समझया नहीं, जे इस घर नू बचाउणा ना बई, ता घर च औरत चाहीदी है। औरत गल तां तेरी सही है, पर मैं किनू चक लिया वा? ना ना ना, चक्के नहीं, घर च लियावांगे, ओ भी नंद पड़ा के। जे मुंडे व्याह तो बाद भी नहीं सुधरे ना, तू मेरा नौ पटा दी।